बिस्मिल्लाहिर्रहमानिर्रहीम, अस्सलाम वालेकुम। मेरे वालों, मेरे सारे भैनों ते भरावां नूं अल्लाह पाक तुहानूं हमेशा खुश रखे, आबाद रखे। जिहड़े दुख तकलीफ अल्लाह पाक तुहाडे दूर करे, तुहाडी जिंदगी च खुशियां ही खुशियां भर दे। आमीन सुमा आमीन। अज दी वीडियो शुरू करने तो पहला एक रिक्वेस्ट कि अगर तुसीं साडा चैनल देसी विलेज फूड सबसक्राइब नहीं कीता तां इहनूं सबसक्राइब कर लो, जिहड़ा बैल दा बटन उहनूं प्रेस कर लो तां कि साडी आने वाली हर वीडियो बर वक्त तुहानूं मिल सके। अज दी वीडियो विच मैं चावल बॉयल करांगी। असीं कल कढ़ी बनाई सी, कढ़ी कल खाधी ते जिहड़ी बच गई आ उहदे नाल असीं चावल बॉयल करके ते चावलां दे उत्ते पा के खावांगे, क्योंकि इन्ने ज़्यादा हालात खराब आ, कोई भी चीज़ ज़ाया नहीं करनी चाहीदी। इन्ना सोहणा कढ़ी पकौड़ा पिया वा ते नाल चावल उबाल के उत्ते पा के ते खाणी आ। बाहर बारिश होण डई आ ते मैं सिलेंडर ते बॉयल करांगी चावल। ਇੱਕ ਅਸੀਂ ਕੜਾਹੀ ਲਈ ਆ, ਕੜਾਹੀ ਦੇ ਵਿੱਚ ਪਾਉਂਦੇ ਹਾਂ ਪਾਣੀ। ਬਿਸਮਿਲਲਾ, ਪਾਣੀ ਨੂੰ ਗਰਮ ਹੋਣ ਦੇਵਾਂਗੇ ਅਤੇ ਕੁਛ ਮਸਾਲੇ ਪਾ ਲੈਂਦੇ ਹਾਂ। ਜ਼ੀਰਾ, ਨਮਕ, ਕਾਲੀ ਮਿਰਚ, ਲੌਂਗ, ਤੇਜ ਪੱਤਾ, ਥੋੜ੍ਹਾ ਜਿਹਾ ਹੋਰ ਪਾ ਲੈਂਦੇ ਹਾਂ, ਇੱਕ ਟੇਬਲ ਸਪੂਨ। ਅਤੇ ਪਾਣੀ ਨੂੰ ਗਰਮ ਹੋਣ ਦਿੰਦੇ ਹਾਂ। ਮੈਨੂੰ ਕੜੀ ਚਾਵਲ ਬਹੁਤ ਜ਼ਿਆਦਾ ਪਸੰਦ ਆ। ਕੱਲ੍ਹ ਕੜੀ ਬਣਾਈ ਸੀ, ਮੈਂ ਕਿਹਾ ਵੀ ਚਲੋ ਦੁਪਹਿਰ ਦੇ ਖਾਣੇ ਵਿੱਚ ਨਾ ਚਾਵਲ ਉਬਾਲ ਲੈਂਦੇ ਹਾਂ, ਨਾਲੇ ਤਾਂ ਕੜੀ ਜ਼ਾਇਆ ਨਹੀਂ ਹੋਊਗੀ। ਕਿੰਨੇ ਕੁ ਦਿਨ ਫਰਿੱਜ ਰੱਖਣੀ ਸੀ, ਫਿਰ ਖਰਾਬ ਕਰਕੇ ਸੁੱਟਣੀ ਸੀ। ਚਾਵਲ ਉਬਾਲ ਕੇ ਨਾਲ ਖਾਂਦੇ ਹਾਂ ਅਤੇ ਨਾਲੇ ਬਾਰਿਸ਼ ਦੇ ਵਿੱਚ ਰੋਟੀ ਪਕਾਉਣਾ ਜ਼ਰਾ ਮੁਸ਼ਕਲ ਹੁੰਦਾ ਵਾ। ਮੈਂ ਕਿਹਾ ਸੌਖਾ ਜਿਹਾ ਕੰਮ ਕਰਦੇ ਅੰਦਰ ਗੈਸ 'ਤੇ, ਅੱਗ ਤਾਂ ਬਲਦੀ ਨਹੀਂ, ਸਲਾਬ ਚੜ ਜਾਂਦੀ, ਬਾਲਣ ਪਵਾਂ ਕਮੀਆਂ 'ਚ ਵੀ ਰੱਖਿਆ ਹੋਵੇ। ਪਾਣੀ ਗਰਮ ਹੋ ਗਿਆ ਵਾ, ਹੁਣ ਅਸੀਂ ਪਾਉਂਦੇ ਹਾਂ ਚਾਵਲ। ਚਾਵਲਾਂ ਨੂੰ ਮੈਂ 20 ਮਿੰਟ ਪਹਿਲੇ ਭੇ ਲਿਆ ਸੀਗਾ। ਦਾਣਾ ਲੈਣਾ ਪੀਂਦੀ ਚੰਗੀ ਤਰ੍ਹਾਂ ਦਾਣਾ। ਮਿਕਸ ਕਰਦੇ ਹਾਂ ਅਤੇ ਚੰਗੀ ਤਰ੍ਹਾਂ ਚਾਵਲਾਂ ਨੂੰ ਉਬਾਲ ਲੈਂਦੇ ਹਾਂ। ਚੰਗੀ ਤਰ੍ਹਾਂ ਕੂੜੇ ਕਰ ਲੈਂਦੇ, ਖਾਣ ਲੱਗਿਆਂ ਜ਼ੋਰ ਨਾ ਲੱਗੇ। ਚਾਵਲ ਬੋਇਲ ਹੋ ਗਏ ਆ ਅਤੇ ਜਿਹੜਾ ਪਾਣੀ ਆ ਇਹਨਾਂ ਦਾ ਫਾਲਤੂ ਮੈਂ ਕੱਢ ਲੈਂਦੀ ਹਾਂ। ਖੁੱਲ੍ਹੇ ਜਿਹੇ ਭਾਂਡੇ 'ਚ ਮੈਂ ਚਾਵਲ ਬੋਇਲ ਕੀਤੇ ਆ, ਕਿੰਨੇ ਸੋਹਣੇ ਖਿੱਲੇ ਖਿੱਲੇ ਦੇਖੋ ਹੋਏ ਆ। ਭਾਂਡਾ ਤੰਗ ਹੋਵੇ ਤਾਂ ਇੰਝ ਮਤੰਜਣ ਜਾਂ ਖੀਰ ਜਿਹੀ ਬਣ ਜਾਂਦੀ ਹੈ। ਇਹਨਾਂ ਨੂੰ ਮੈਂ ਛਾਣ ਲੈਂਦੀ ਹਾਂ ਅਤੇ ਕੜੀ ਗਰਮ ਕਰ ਲੈਂਦੀ ਹਾਂ। ਚਾਵਲ ਛਾਣ ਲਏ ਆ ਅਤੇ ਹੁਣ ਮੈਂ ਕੜੀ ਗਰਮ ਕਰ ਲੈਂਦੀ ਹਾਂ। ਚਾਵਲ ਵੀ ਬੋਇਲ ਹੋ ਗਿਆ, ਕੜੀ ਵੀ ਗਰਮ ਹੋ ਗਈ ਆ ਅਤੇ ਹੁਣ ਅਸੀਂ ਦੁਪਹਿਰ ਦਾ ਖਾਣਾ ਖਾਂਦੇ ਹਾਂ। ਕਿੰਨੀ ਸੋਹਣੀ ਕੜੀ, ਕਿਉਂ ਜ਼ਾਇਆ ਕਰਨੀ, ਅਤੇ ਚਾਵਲਾਂ 'ਚ ਪਾ ਕੇ ਅੰਦਰ ਵੱਲ ਕਰਦੇ ਹਾਂ। ਕੜੀ ਗਰਮ ਆ ਬੱਚਿਓ, ਹੱਥ ਨਾ ਲਾਇਓ ਚਾਵਲ ਲੈ ਕੇ। ਮੈਂ ਆਪਣੀ ਮਰਜ਼ੀ ਨਾਲ ਖਾਣਾ ਪਾਣੀ
ਪਾ ਸਕਾਂ ਦੱਸੀ ਨਾ ਬਸ ਤੋਂ ਬਣ ਮਾਂ ਨੂੰ ਪਸੰਦ ਆ ਦੇਖੀ ਮਾਂ ਨੇ ਖਾ ਲੈਣਾ ਬੜਾ ਚੰਗਾ ਆਪਣਾ ਬੰਦੋਬਸਤ ਕਰ ਹਰੀ ਮਿਰਚਾਂ ਦੇ ਜਵਾਨ ਲਾਲ ਮਿਰਚਾਂ ਦਾ ਮੇਰਾ ਭਾਜੀ ਕੋਈ ਜ਼ੋਰ ਨਹੀਂ ਜਿਹੜੀ ਹਰੀ ਮਿਰਚ ਨਾ ਇਹਦਾ ਤਾਂ ਮਜ਼ਾ ਹੀ ਆਪਣਾ ਆਪਣੀ ਜ਼ਿੰਮੇਵਾਰੀ ਦੀ ਹਾਂ ਜੀ ਅਰਦਾਸ ਕਰਾਂ ਮੈਂ ਜ਼ਿੰਮੇਵਾਰੀ ਦੀ ਹੂੰ ਲੱਗਦੇ
ਦੁਪਹਿਰ ਦਾ ਖਾਣਾ ਅਸੀਂ ਖਾ ਲਿਆ ਵਾ ਐਸੀ ਸਾਡੀ ਆਈ ਦੀ ਵੀਡੀਓ ਸਾਨੂੰ ਦਿਓ ਇਜਾਜ਼ਤ ਫਿਰ ਆਪ ਸੁਣਦੇ ਹਵਾਲੇ ਰੱਬ ਰੱਬ ਅੱਲਾਹ ਹਾਫਿਜ਼।